ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਗੁਰਬਾਣੀ ਵਿੱਚ ਨੰਗਾ ਅਤੇ ਨੰਝਾ ਜਿਹੜੇ ਅਖਰ ਆਏ ਨੇ ਖਾਸ ਕਰ ਗੁਰਦੰਦੇ ਪਾਤਸ਼ਾਹ ਜੀ ਦੀ ਬਾਣੀ ਬਾਵਨ ਅਖਰੀ ਦੇ ਵਿੱਚ ਮੈਂ ਉਸ ਬੰਦੀ ਉਚਾਰਨ ਤੇ ਦੇਰਿਆ ਵਾਂ ਜੀ ਆਪ ਜੀ ਆਪਣੀਆਂ ਪੋਥੀਆਂ ਦੇ ਵਿੱਚੋਂ ਜਾਂ ਆਪਣੀ ਗੁਰਬਾਣੀ ਦੀ ਐਪ ਦੇ ਵਿੱਚੋਂ ਇਹ ਸ਼ਬਦ ਕੱਢ ਕੇ ਚੰਗੀ ਤਰ੍ਹਾਂ ਉਹਦਾ ਅਭਿਆਸ ਕਰ ਸਕਦੇ ਹੋ 251 ਪੰਨੇ ਤੇ ਸ਼ਲੋਕ ਅਨਿਕ ਭੇਖ ਅਰ ਗਿਆਨ ਧਿਆਨ ਇਥੇ ਗਿਆਨ ਪੜਿਆ ਜਾਏਗਾ ਕਕਾ ਖਖਾ ਗਗਾ ਕਗਾ ਨੰਨਾ ਨੰਨਾ ਲਵਜੇ ਨੰਨਾ ਨੰਗੇ ਨੂੰ ਸਿਆਰੀ ਲੱਗੀ ਗਿਆਨ ਇਹ ਗਿਆਨ ਦਾ ਦੂਸਰਾ ਰੂਪ ਹੈਗਾ ਗਿਆਨ ਅਰਥ ਇਹਦਾ ਗਿਆਨ ਬਣੇਗਾ ਪਰ ਉਚਾਰਨ ਇਥੇ ਗਿਆਨ ਕਰਨਾ ਹੈਗਾ ਅਨਿਕ ਭੇਖ ਅਰ ਗਿਆਨ ਧਿਆਨ ਮਨ ਹੱਠ ਮਿਲਿਓ ਨਾ ਕੋਏ ਕੋ ਨਾਨਕ ਕਿਰਪਾ ਪਈ ਭਗਤ ਗਿਆਨੀ ਸੋਏ ਹੁਣ ਇਥੇ ਗਿਆਨੀ ਬੋਲਣਾ ਹੈਗਾ ਕ ਕ ਖ ਖ ਗ ਗ ਕ ਕ ਨ ਨ ਗਿਆਨੀ ਇਥੇ ਅਰਥ ਗਿਆਨੀ ਦੇ ਬਣਨਗੇ ਪਰ ਉਚਾਰਨ ਗਿਆਨੀ ਹੋਏਗਾ ਪੌੜੀ ਨੰਗਾ ਗਿਆਨ ਨਹੀਂ ਮੁਖ ਬਾਤੋਂ ਨੰਗਾ ਹੁਣ ਦੇਖ ਲਓ ਨੰਗਾ ਖੜਾ ਗਿਆ ਇਹ ਕ ਕ ਖ ਖ ਗ ਗ ਕ ਕ ਨ ਨ ਨੰਗਾ ਗਿਆਨ ਨਹੀਂ ਮੁਖ ਬਾਤੋਂ ਅਨੇਕ ਜੁਗਤ ਸ਼ਾਸਤਰ ਕਰਪਾਤੋਂ ਅਨੇਕ ਜੁਗਤ ਸ਼ਾਸਤਰ ਕਰਪਾਂ ਤੋਂ ਗਿਆਨੀ ਸੋਏ ਜਾਕੇ ਦ੍ਰਿੜ ਸੋਉ ਗਿਆਨੀ ਗਿਆਨੀ ਸੋਏ ਜਾਕੇ ਦ੍ਰਿੜ ਸੋਉ ਕਹਿਤ ਸੁਨਤ ਕਛ ਜੋਗ ਨਾ ਹੋਉ ਗਿਆਨੀ ਰਹਿਤ ਆਗਿਆ ਦ੍ਰਿੜ ਜਾਕੇ ਉਸਨ ਸ਼ੀਤ ਸੰਸਰ ਸਭ ਤਾਕੇ ਗਿਆਨੀ ਤਤ ਗੁਰਮੁਖ ਦੀ ਚਾਰੀ ਨਾਨਕ ਜਾ ਕੋ ਕਿਰਪਾ ਧਾਰੀ ਹਾਂਜੀ ਇਹ ਸ਼ਬਦ ਫਿਰ ਅਗੋਂ ਹੁੰਨਾ ਆ ਗਿਆ ਜੀ 253 ਪੰਨੇ ਤੇ ਸ਼ਲੋਕ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਗਿਆਨੀ ਕਕ ਖਖ ਗਗ ਕਗ ਨੰਨਾ ਇੱਥੇ ਗੰਗਾ ਬੋਲਿਆ ਜਾਏਗਾ ਗਿਆਨੀ ਅਰਥ ਬਣਨਗੇ ਗਿਆਨੀ ਦੇ ਉਚਾਰਨ ਗਿਆਨੀ ਆਏਗਾ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਪੌੜੀ ਨੰਗਾ ਖਟ ਸ਼ਾਸਤਰ ਹੋਏ ਨਿਆਤਾ ਦੇਖੋ ਨੰਗਾ ਸ਼ਬਦ ਆ ਗਿਆ ਕੱਕਾ ਖਖਾ ਗੱਗਾ ਕੱਗਾ ਨੰਗਾ ਨੰਗਾ ਖਟ ਸ਼ਾਸਤਰ ਹੋਏ ਨਿਆਤਾ ਪੂਰਕ ਕੁੰਭਕ ਰੇਚਕ ਕਰਮਾਤਾ ਗਿਆਨ ਧਿਆਨ ਤੀਰਥ ਇਸ਼ਨਾਨੀ ਗਿਆਨ ਨੰਗੇ ਨਾਲ ਕੱਕਾ ਖਖਾ ਗੱਗਾ ਕੱਗਾ ਨੰਗਾ ਗਿਆਨ ਧਿਆਨ ਤੀਰਥ ਇਸ਼ਨਾਨੀ ਸੋਮ ਪਾਖ ਅਪਰਸ਼ ਉਧਿਆਨੀ RAM ਨਾਮ ਸੰਗ ਮੰਨਿ ਹੀ ਹੇਤਾ ਜੋ ਜੋ ਕਛਕੀਨੋ ਸੋਉ ਅਨੇਤਾ ਉਹ ਤੇ ਉਤਮ ਘਨੋ ਚੰਡਾਲਾ ਨਾਨਕ ਜਿਹ ਮਨ ਬਸੈ ਗੋਪਾਲਾ 254 ਪੰਨੇ ਤੇ ਫਿਰ ਇਹ ਨੰਗਾ ਅਖਰਾਇਆ ਹੈਗਾ ਸ਼ਲੋਕ ਨਨਕ ਕਾਲੇ ਸਭ ਦਿਵਸ ਸਾਸ ਨਹਿ ਬਡਨ ਕਟਨ ਤਿਲਸਾਰ ਇਥੇ ਗਣ ਨੰਗੇ ਨਾਲ ਅਰਥ ਦੇ ਗਣ ਦੇ ਬਣਨਗੇ ਉਚਾਰਨ ਗਣ ਆਏਗਾ ਕਕਾ ਖਖਾ ਗਗਾ ਕਗਾ ਨੰਗਾ ਨਣ ਕਾਲੇ ਸਭ ਦਿਵਸ ਸਾਸ ਨਹਿ ਬਡਨ ਕਟਨ ਤਿਲਸਾਰ ਜੀਵਨ ਲੋਰੈ ਪਰਮ ਮੋ ਨਾਨਕ ਤੇਉ ਗਵਾਰ ਪੌੜੀ ਨੰਗਾ ਨਰਾਸੈ ਕਾਲ ਤੇ ਜੋ ਸਾਖਤ ਪ੍ਰਭ ਕੀ ਨੰਗਾ ਖਰਾ ਗਿਆ ਕ ਕ ਖ ਖ ਗ ਗ ਕ ਗ ਨੰਗਾ ਨਰਾਸੈ ਕਾਲ ਤੇ ਜੋ ਸਾਖਤ ਪ੍ਰਭ ਕੀਨ ਅਨੇਕ ਜੋਨ ਜਨਮ ਮਰੇ ਆਤਮ ਰਾਮ ਨਾ ਚੀਨ ਨੰਗਾ ਨਰਾਸੈ ਕਾਲ ਤੇਹ ਤੇ ਜਿਹੜਾ ਨਾ ਉਹ ਨਸ ਕੀ ਉਚਾਰਨ ਹੋਏਗਾ ਬੰਦੀ ਨਾਲ ਤੇ ਮੈਨੇ ਤਿਨਾਂ ਨੂੰ ਉਹਨਾਂ ਨੂੰ ਨੰਗਾ ਨਰਾਸੈ ਕਾਲ ਤੇ ਜੋ ਸਾਖਤ ਪ੍ਰਭ ਕੀਨ ਨਿਕ ਜੋਨ ਜਨਮ ਹੈ ਮਰੇ ਆਤਮ ਰਾਮ ਨ ਚੀਨ ਗਿਆਨ ਧਿਆਨ ਤਾਹੂ ਕੋ ਆਏ ਕਰ ਕਿਰਪਾ ਜਿਹ ਆਪ ਦਿਵਾਏ ਗਣਤੀ ਗਣੀ ਨਹੀਂ ਕਉ ਛੂਟੈ ਇਥੇ ਫਿਰ ਨੰਗਾ ਆ ਗਿਆ ਜੀ ਕਕ ਖਖ ਗਗ ਕਗ ਨੰਗਾ ਗਣਤੀ ਗਣੀ ਨਹੀਂ ਕਉ ਛੂਟੈ ਕਚੀ ਗਗਰ ਸਰਪਰ ਫੂਟੈ ਸੋ ਜੀਵਤ ਜਿਹ ਜੀਵਤ ਜਪਿਆ ਪ੍ਰਗਟ ਪਏ ਨਾਨਕ ਨਹਿ ਛਪਿਆ ਹਾਂਜੀ 255 ਪੰਨੇ ਤੇ ਹੁਣ ਣਿਆ ਅੱਖਰ ਆ ਗਿਆ ਚਚਾ ਛਛਾ ਜਜਾ ਛਜਾ ਣਿਆ ਸ਼ਲੋਕ ਯਤਨ ਕਰੋ ਤੁਮ ਅਨਿਕ ਬਿਦ ਰਹਿਨ ਨਾ ਪਾਵੂ ਮੀਤ ਯਤਨ ਇਹ ਅਰਥ ਯਤਨ ਬਣੇਗਾ ਜਜੇ ਨਾਲ ਉਚਾਰਨ ညਿਆ ਆਏਗਾ ਚਚਾ ਛਛਾ ਜਜਾ ਝਜਾ ညੰਹਾ ਯਤਨ ਯਤਨ ਕਰੋ ਤੁਮ ਅਨੇਕ ਬਿੰਦ ਜੇ ਤੁਸੀਂ ਵੀ ਯਤਨ ਕਰੋਗੇ ਤੇ ਤੁਹਾਡਾ ਵੀ ਜ਼ੁਬਾਨ ਤੋਂ ਪ੍ਰੋਨਾਂਸ ညਾ ਨਿਕਲ ਆਏਗਾ ਤੁਸੀਂ ਵੀ ਯਤਨ ਕਰੋ ਭਾਵ ਕੋਸ਼ਿਸ਼ ਕਰੋ ਜਜਾ ਯਤਨ ਪਰ ਇੱਥੇ ਜਜੇ ਦੀ ਥਾਂ ਤੇ ညਿਆ ਹੈਗਾ ਯਤਨ ਜਿਵੇਂ ਜਿਵੇਂ ਅਸੀਂ ਕੋਸ਼ਿਸ਼ ਕਰਦੇ ਹਾਂ ਉਵੇਂ ਸਾਡਾ ਉਚਾਰਨ ਵੀ ਠੀਕ ਹੋ ਜਾਂਦਾ ਹੈ ਇਹਨੂੰ ਬਾਰ-ਬਾਰ ਪੜ੍ਹੋਗੇ ਤੇ ਤੁਹਾਡਾ ਉਹ ਪਰਨਾਂਸ ਠੀਕ ਹੋ ਜਾਏਗਾ ਇਸ ਕਰਕੇ ਤੁਸੀਂ ਵੀ ਯਤਨ ਕਰੋ ਣੇ ਨਾਲ ਯਤਨ ਕਰੋ ਤੁਮ ਅਨਿਕ ਵਿਦ ਰਹਿਣਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪਵੜੀ ਣਿਆ ਣਾਣੋ ਧ੍ਰਿੜ ਸਹੀ ਹਾਂਜੀ ਇੱਥੇ ਣ ਣ ਫਿਰ ਅੱਖਰ ਆ ਗਿਆ ਜੀ ਚਚਾ છਛਾ ਜਜਾ ਚਜਾ ਣ ਣ ਣਿਆਣੋ ਣ ਣਿਆ ਣਿਆਣੋ ਇੱਥੇ ਫਿਰ ਅਰਥ ਜਾਣੋ ਦੇ ਬਣਨਗੇ ਉਚਾਰਨ ਈਆਣੋ ਆਏਗਾ ਣ ਣਿਆ ਣਿਆਣੋ ਦਿੜ ਸਹੀ ਦਿਨਸ ਜਾਤ ਇਹ ਹੀਤ ਗਣਤੀ ਗਣੋ ਦਾ ਗਣ ਸਕੋ ਊਠ ਸਿਤਾਰੇ ਕੇਤ ਇਉਂ ਪੇਖੋ ਸੋ ਦਿਨਸ ਦੋ ਇੱਥੇ ਯੋ ਮੈਨੇ ਜੋ ਜੱਜਾ ਜਿਹੜਾ ਉਨਯਿਆਂ ਦੀ ਥਾਂ ਤੇ ਆ ਗਿਆ ਨਯਾ ਜਿਹੜਾ ਜੱਜੇ ਦੀ ਥਾਂ ਤੇ ਵਰਤਿਆ ਗਿਆ ਉਹ ਅਰਥ ਜੱਜੇ ਵਾਲੇ ਬਣ ਕੇ ਉਚਾਰਨ ਯੰਜਾਏਗਾ ਈਓ ਯੋ ਪੇਖੋ ਸੋ ਦਿਨਸਤੋ ਕਾਸਿਓ ਕਹੀਐ ਕਰੀਐ ਸੰਗ ਕਾਸਿਓ ਕਰੀਐ ਸੰਗ ਝਿਆਣੋ ਇਹ ਬਿਦ ਸਹੀ ਚਿਤ ਝੂਠੋ ਮਾਇਆ ਰੰਗ ਗਿਆਨਤ ਸੋਈ ਸੰਤ ਸਵੇ ਭ੍ਰੰਤੇ ਕੀ ਪਿੰਨ ਅੰਧ ਕੋਪ ਤੇਤੇ ਕਢੋ ਜੇ ਹੋਵੋ ਸੁਪ੍ਰਸੰਨ ਯਾਂਕੇ ਹਾਥ ਸਮਰਥ ਤੇ ਹੁਣ ਫਿਰ ਯਾਂ ਆ ਗਿਆ ਚਚਾ ਛਛਾ ਜਚਾ ਚਿਜਾ ਯਯਾਂ ਯਾਂਕੇ ਹਾਥ ਅਰਥ ਬਣਨ ਕੇ ਜਜੇ ਦੇ ਜਾਕੇ ਹਾਥ ਉਚਾਰਨ ਯਾਂਕੇ ਹਾਥ ਸਮਰਥ ਤੇ ਕਾਰਨ ਕਰਨਯੋਗ ਨਾਨਕ ਤੇ ਉਸਤਤ ਕਰੋ ਯਾਂਹੁ ਕੀਓ ਸੰਜੋਗ ਅਰਥ ਜਾਹੁ ਦੇ ਆਣ ਕੇ ਜਾਹੁ ਉਚਾਰਨ ਯਾਹੂ ਆਏਗਾ ਣ ਣ ਨਾਲ ਚ ਚ ਛ ਛ ਜ ਜ ਚ ਚ ਣ ਣ ਨਨ ਤੇ ਉਸਤਤ ਕਰੋ ਯਾਹੂ ਕਿਉ ਸੰਜੋਗ 99 ਪੰਨੇ ਤੇ ਵੀ ਭਗਤ ਕਬੀਰ ਜੀ ਦਾ ਸ਼੍ਰੀ ਰਾਗ ਦਾ ਇੱਕ ਸ਼ਬਦ ਹੈ ਉਹ ਵੀ ਆਪ ਜੀ ਉਚਾਰਨ ਸਰਵਨ ਕਰ ਲਓ ਜੀ ਸ਼੍ਰੀ ਰਾਗ ਭਗਤ ਕਬੀਰ ਜੀਓ ਦਾ ਅਚਰਜ ਇੱਕ ਸਨੋਰੇ ਪੰਡਿਆ ਇਹਨੂੰ ਅਚਰਜ ਨਹੀਂ ਬੋਲਣਾ ਅਚਰਜ ਬੋਲਣਾ ਚਰਜ ਹੁੰਦਾ ਹੋਣੀ ਅਚਰਜ ਮੈਨੇ ਅਣ ਹੋਣੀ ਅਚਰਜ ਅਦਭੁਤ ਚਰਜ ਆ ਗਿਆ ਮੈਨੇ ਹੋਣੀ ਹੋ ਗਈ ਇਹ ਕੀ ਚਰਜ ਆ ਗਿਆ ਆ ਗਿਆ ਅਚਰਜ ਅਦਭੁਤ ਅਚਰਜ ਐਡਾ ਅਗੇਤਰ ਹੈਗਾ ਪ੍ਰੀਫਿਕਸ ਹੈਗਾ ਇਹਨੂੰ ਅਚਰਜ ਨਹੀਂ ਬੋਲਣਾ ਸੁਖਮਨੀ ਸਾਹਿਬ ਦੇ ਵਿੱਚ ਵੀ ਇਹ ਤੁਕਾਂਦੀ ਹੈ ਸਾਧ ਜਨਾ ਕੀ ਅਚਰਜ ਕਥਾ ਅਚਰਜ ਨਹੀਂ ਅਚਲ ਅਸਚਰਜ ਤੋਂ ਇਹ ਸ਼ਬਦ ਬਣਿਆ ਅਚਰਜ ਤੇ ਹਿੰਦੀ ਦਾ ਸ਼ਬਦ ਹੈ ਆਸਚਰਯ ਅਚਰਜ ਇੱਕ ਸੁਨੋਰੇ ਪੰਡਿਆ ਅਬ ਕਿਛ ਕਹਿ ਨ ਜਾਇ ਸੁਰ ਨਰ ਗਣ ਗੰਧਰਵ ਜਿਨ ਮੋਹੇ ਹਾਂਜੀ ਸੁਰ ਨਰ ਗਣ ਕੰਧਰਵ ਜਿਨ ਮੋਹੇ ਧਹ ਜੜਾ ਉਹ ਪੈਰ ਚਰਾਲੇ ਵਾਲ ਹੈਗਾ ਸੁਰ ਨਰ ਗਣ ਗੰਧਰਵ ਜਿਨ ਮੋਹੇ ਤ੍ਰਿਭਉਂ ਮੇਖੁਲੀ ਲਾਈ ਰਾਜਾ ਰਾਮ ਅਨਹਦ ینګੁਰੀ ਪਾਜੈ ਜਾ ਕੀ ਦਿਸ਼ਟ ਨਾਦ ਲਿਵ ਲਾਗੇ ਰਹਾਓ ਪਾਠੀ ਗगन ਸਿੰਘਿਆ ਅਰ ਚੁੰਗਿਆ ਹਾਂ ਇਹ ਮੈਂ ਦੋ ਸ਼ਬਦ ਕਹਿ ਰਿਹਾ ਸਿੰਘ ਨੰਗਾਖਰ ਜਿਹਦਾ ਅਸੀਂ ਪਿੱਛੇ ਉਚਾਰਨ ਦੇਖ ਕੇ ਆਏ ਹਾਂ ਜੰਝੇ ਨਾਤੇ ਨੰਗੇ ਦਾ ਇੱਥੇ ਨੰਗੇ ਦਾ ਉਚਾਰਨ ਕਿਸ ਤਰ੍ਹਾਂ ਕਰਨਾ ਹੈ ਇਹ ਤਾਂ ਸ਼ਬਦ ਲਿਆ ਹੈਗਾ ਕ ਕ ਖ ਖ ਗ ਗ ਕ ਕ ਨੰਗਾ ਹਾਂਜੀ ਪਾਠੀ ਗगन ਸਿੰਘਿਆ ਅਰ ਚੁੰਗਿਆ ਇਹਨੂੰ ਚੁੰਗਿਆ ਬੋਲਣਾ ਹੈਗਾ ਸਿੰਘਿਆ ਬੋਲਣਾ ਹੈਗਾ ਸਿੰਘਿਆ ਤੇ ਚੁੰਗਿਆ

ਕੋਹ ਕਬੀਰ ਰੰਗ ਰਾਤਾ ਔਰ ਦੁਨੀ ਸਭ ਪਰਮ ਪੁਰਾਨੀ ਮਨ ਰਾਮ ਰਸਾਇਣ ਮਾਤਾ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ